ਕਾਰ ਦੇ ਸਮੇਤ ਇੱਕ ASI ਟੋਬੇ ਦੇ ਵਿੱਚ ਡਿੱਗ ਪਿਆ, ਜਿਸ ਦੇ ਨਾਲ ਉਸਦੀ ਮੌਤ ਹੋ ਗਈ। ਇਹ ਭਿਆਨਕ ਸੜਕੀ ਹਾਦਸਾ ਮੋਹਾਲੀ ਦੇ ਨੇੜੇ ਲਾਲੜੂ ਦੇ ਵਿੱਚ ਹੋਇਆ, ਜਿੱਥੇ ASI ਡਿਊਟੀ ਤੋਂ ਬਾਅਦ ਆਪਣੇ ਘਰ ਆ ਰਿਹਾ ਸੀ ਤਾਂ ਟੋਬੇ ਦੇ ਵਿੱਚ ਉਸਦੀ ਕਾਰ ਪਲਟ ਗਈ ਤੇ ਮੌਕੇ ਤੇ ਗੰਦੇ ਪਾਣੀ ਦੇ ਵਿੱਚ ਡੁੱਬਣ ਦੇ ਨਾਲ ASI ਦੀ ਮੌਤ ਹੋ ਗਈ। ਤੁਹਾਨੂੰ ਦੱਸ ਦਈਏ ਕਿ ਸੰਘਣੀ ਧੁੰਦ ਦੇ ਨਾਲ ਇਹ ਭਿਆਨਕ ਸੜਕੀ ਹਾਦਸਾ ਹੋਇਆ। ਮੋਹਾਲੀ ਦੇ ਨੇੜੇ ਲਾਲੜੂ ਦਾ ਇਹ ਮਾਮਲਾ ਹੈ, ਜਿੱਥੇ ASI ਗੁਰਮੀਤ ਸਿੰਘ ਡਿਊਟੀ ਤੋਂ ਘਰ ਆ ਰਿਹਾ ਸੀ ਤਾਂ ਟੋਬੇ ਦੇ ਵਿੱਚ ਉਸਦੀ ਕਾਰ ਡਿੱਗ ਪਈ, ਜਿਸ ਦੇ ਨਾਲ ਉਸਦੀ ਮੌਤ ਹੋਈ। ਜਾਣਕਾਰੀ ਮੁਤਾਬਿਕ ASI ਰਾਣੀ ਮਾਜਰਾ ਦਾ ਰਹਿਣ ਵਾਲਾ ਸੀ। ਲਾਲੜੂ ਪੁਲਿਸ ਦੇ ਵੱਲੋਂ ਅਗਲੀ ਕਾਰਵਾਈ ਕੀਤੀ ਗਈ। ਪਿੰਡ ਨੰਗਲ ਛੜਬੜ ਰੋਡ ਤੇ ਪੰਜਾਬ ਪੁਲਿਸ ਦਾ ਕੋਚਿੰਗ ਸੈਂਟਰ ਹੈ, ਜਿੱਥੇ ਪੁਲਿਸ ਵਾਲਿਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇਹ ASI ਉਸੇ ਕੋਚਿੰਗ ਸੈਂਟਰ ਤੋਂ ਘਰ ਆ ਰਿਹਾ ਸੀ ਤਾਂ ਰਾਤ ਵੇਲੇ ਇਸਦੀ ਸਵਿਫਟ ਕਾਰ ਟੋਬੇ ਦੇ ਵਿੱਚ ਡਿੱਗ ਪਈ। ਗੰਦੇ ਪਾਣੀ ਦੇ ਨਾਲ ਇਸਦਾ ਦਮ ਘੁੱਟ ਗਿਆ, ਡੁੱਬਣ ਕਰਕੇ ASI ਗੁਰਮੀਤ ਸਿੰਘ ਦੀ ਮੌਤ ਹੋ ਗਈ। ਫਿਲਹਾਲ ਲਾਲੜੂ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਕਾਰ ਦੇ ਸਮੇਤ ਇੱਕ ASI ਟੋਬੇ ਦੇ ਵਿੱਚ ਡਿੱਗ ਪਿਆ, ਜਿਸ ਦੇ ਨਾਲ ਉਸਦੀ ਮੌਤ ਹੋ ਗਈ। ਇਹ ਭਿਆਨਕ ਸੜਕੀ ਹਾਦਸਾ ਮੋਹਾਲੀ ਦੇ ਨੇੜੇ ਲਾਲੜੂ ਦੇ ਵਿੱਚ ਹੋਇਆ, ਜਿੱਥੇ ASI ਡਿਊਟੀ ਤੋਂ ਬਾਅਦ ਆਪਣੇ ਘਰ ਆ ਰਿਹਾ ਸੀ ਤਾਂ ਟੋਬੇ ਦੇ ਵਿੱਚ ਉਸਦੀ ਕਾਰ ਪਲਟ ਗਈ ਤੇ ਮੌਕੇ ਤੇ ਗੰਦੇ ਪਾਣੀ ਦੇ ਵਿੱਚ ਡੁੱਬਣ ਦੇ ਨਾਲ ASI ਦੀ ਮੌਤ ਹੋ ਗਈ। ਤੁਹਾਨੂੰ ਦੱਸ ਦਈਏ ਕਿ ਸੰਘਣੀ ਧੁੰਦ ਦੇ ਨਾਲ ਇਹ ਭਿਆਨਕ ਸੜਕੀ ਹਾਦਸਾ ਹੋਇਆ। ਮੋਹਾਲੀ ਦੇ ਨੇੜੇ ਲਾਲੜੂ ਦਾ ਇਹ ਮਾਮਲਾ ਹੈ, ਜਿੱਥੇ ASI ਗੁਰਮੀਤ ਸਿੰਘ ਡਿਊਟੀ ਤੋਂ ਘਰ ਆ ਰਿਹਾ ਸੀ ਤਾਂ ਟੋਬੇ ਦੇ ਵਿੱਚ ਉਸਦੀ ਕਾਰ ਡਿੱਗ ਪਈ, ਜਿਸ ਦੇ ਨਾਲ ਉਸਦੀ ਮੌਤ ਹੋਈ। ਜਾਣਕਾਰੀ ਮੁਤਾਬਿਕ ASI ਰਾਣੀ ਮਾਜਰਾ ਦਾ ਰਹਿਣ ਵਾਲਾ ਸੀ। ਲਾਲੜੂ ਪੁਲਿਸ ਦੇ ਵੱਲੋਂ ਅਗਲੀ ਕਾਰਵਾਈ ਕੀਤੀ ਗਈ। ਪਿੰਡ ਨੰਗਲ ਛੜਬੜ ਰੋਡ ਤੇ ਪੰਜਾਬ ਪੁਲਿਸ ਦਾ ਕੋਚਿੰਗ ਸੈਂਟਰ ਹੈ, ਜਿੱਥੇ ਪੁਲਿਸ ਵਾਲਿਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇਹ ASI ਉਸੇ ਕੋਚਿੰਗ ਸੈਂਟਰ ਤੋਂ ਘਰ ਆ ਰਿਹਾ ਸੀ ਤਾਂ ਰਾਤ ਵੇਲੇ ਇਸਦੀ ਸਵਿਫਟ ਕਾਰ ਟੋਬੇ ਦੇ ਵਿੱਚ ਡਿੱਗ ਪਈ। ਗੰਦੇ ਪਾਣੀ ਦੇ ਨਾਲ ਇਸਦਾ ਦਮ ਘੁੱਟ ਗਿਆ, ਡੁੱਬਣ ਕਰਕੇ ASI ਗੁਰਮੀਤ ਸਿੰਘ ਦੀ ਮੌਤ ਹੋ ਗਈ। ਫਿਲਹਾਲ ਲਾਲੜੂ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਕਾਰ ਦੇ ਸਮੇਤ ਇੱਕ ASI ਟੋਬੇ ਦੇ ਵਿੱਚ ਡਿੱਗ ਪਿਆ, ਜਿਸ ਦੇ ਨਾਲ ਉਸਦੀ ਮੌਤ ਹੋ ਗਈ। ਇਹ ਭਿਆਨਕ ਸੜਕੀ ਹਾਦਸਾ ਮੋਹਾਲੀ ਦੇ ਨੇੜੇ ਲਾਲੜੂ ਦੇ ਵਿੱਚ ਹੋਇਆ, ਜਿੱਥੇ ASI ਡਿਊਟੀ ਤੋਂ ਬਾਅਦ ਆਪਣੇ ਘਰ ਆ ਰਿਹਾ ਸੀ ਤਾਂ ਟੋਬੇ ਦੇ ਵਿੱਚ ਉਸਦੀ ਕਾਰ ਪਲਟ ਗਈ ਤੇ ਮੌਕੇ ਤੇ ਗੰਦੇ ਪਾਣੀ ਦੇ ਵਿੱਚ ਡੁੱਬਣ ਦੇ ਨਾਲ ASI ਦੀ ਮੌਤ ਹੋ ਗਈ। ਤੁਹਾਨੂੰ ਦੱਸ ਦਈਏ ਕਿ ਸੰਘਣੀ ਧੁੰਦ ਦੇ ਨਾਲ ਇਹ ਭਿਆਨਕ ਸੜਕੀ ਹਾਦਸਾ ਹੋਇਆ। ਮੋਹਾਲੀ ਦੇ ਨੇੜੇ ਲਾਲੜੂ ਦਾ ਇਹ ਮਾਮਲਾ ਹੈ, ਜਿੱਥੇ ASI ਗੁਰਮੀਤ ਸਿੰਘ ਡਿਊਟੀ ਤੋਂ ਘਰ ਆ ਰਿਹਾ ਸੀ ਤਾਂ ਟੋਬੇ ਦੇ ਵਿੱਚ ਉਸਦੀ ਕਾਰ ਡਿੱਗ ਪਈ, ਜਿਸ ਦੇ ਨਾਲ ਉਸਦੀ ਮੌਤ ਹੋਈ। ਜਾਣਕਾਰੀ ਮੁਤਾਬਿਕ ASI ਰਾਣੀ ਮਾਜਰਾ ਦਾ ਰਹਿਣ ਵਾਲਾ ਸੀ। ਲਾਲੜੂ ਪੁਲਿਸ ਦੇ ਵੱਲੋਂ ਅਗਲੀ ਕਾਰਵਾਈ ਕੀਤੀ ਗਈ। ਪਿੰਡ ਨੰਗਲ ਛੜਬੜ ਰੋਡ ਤੇ ਪੰਜਾਬ ਪੁਲਿਸ ਦਾ ਕੋਚਿੰਗ ਸੈਂਟਰ ਹੈ, ਜਿੱਥੇ ਪੁਲਿਸ ਵਾਲਿਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇਹ ASI ਉਸੇ ਕੋਚਿੰਗ ਸੈਂਟਰ ਤੋਂ ਘਰ ਆ ਰਿਹਾ ਸੀ ਤਾਂ ਰਾਤ ਵੇਲੇ ਇਸਦੀ ਸਵਿਫਟ ਕਾਰ ਟੋਬੇ ਦੇ ਵਿੱਚ ਡਿੱਗ ਪਈ। ਗੰਦੇ ਪਾਣੀ ਦੇ ਨਾਲ ਇਸਦਾ ਦਮ ਘੁੱਟ ਗਿਆ, ਡੁੱਬਣ ਕਰਕੇ ASI ਗੁਰਮੀਤ ਸਿੰਘ ਦੀ ਮੌਤ ਹੋ ਗਈ। ਫਿਲਹਾਲ ਲਾਲੜੂ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।